ਹੁਣ ਇੰਡੀਆ ਦਾ ਡਿਫੈਂਡਰ ਨੇ ਸੰਦੇਸ਼ ਸਿੰਘਾ, ਉਹ ਬੰਦਾ ਕਹਿੰਦਾ ਭਰਾਵਾ ਜਦੋਂ ਮੈਂ ਫੁੱਟਬਾਲ ਸ਼ੁਰੂ ਕੀਤਾ ਨਾ, ਮੈਂ ਸ਼ੁਰੂ ਇਸ ਚੀਜ਼ ਤੋਂ ਕੀਤਾ ਹੈ ਕਿ ਮੈਨੂੰ ਕਿਸੇ ਨੇ ਕਿਹਾ ਸੀ ਜਰਨੈਲ ਸਿੰਘ ਨੂੰ ਹੈਡਰ ਨਹੀਂ ਆਉਂਦਾ। ਉਹ ਬੰਦੇ ਨੇ ਬੂਟੇ ਨਾਲ ਲੱਕੜ ਉੱਤੇ ਨਾ ਫੁੱਟਬਾਲ ਬੰਨ ਕੇ ਨਾ ਉਹ ਪੂਰਾ ਦਿਨ ਪ੍ਰੈਕਟਿਸ ਕਰਦਾ ਰਿਹਾ ਹੈਡਰ ਮਾਰਨ ਦੀ। ਤੇ ਕਹਿੰਦਾ ਉਦਣ ਹੀ ਮੈਂ ਆਪਣੇ ਕਮਰੇ ਦਾ ਪੱਖਾ ਖੋਲਤਾ ਸੀ, ਪੱਖਾ ਖੋਲ ਕੇ ਉੱਥੇ ਫੁੱਟਬਾਲ ਬੰਨਤਾ ਸੀ, ਮੈਂ ਸਿੱਧਾ ਮੋਹਨ ਬਗਾਨ ਚਲ ਗਿਆ ਸੀ। ਮੈਂ ਕਿ ਮੈਂ ਸਰਤਾਜ ਜਰਨੈਲ ਸਿੰਘ ਦਾ ਰੋਲ ਕਰਦਾ ਪਿਆ। ਉਹ ਫਿਰ ਆਪਣੇ ਦਾਦਾ 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 ਬੋਲਦੇ ਨਾ ਇਹਦਾ ਚੀਜ਼ ਨੂੰ, ਦਾਦਾ ਜਰਨੈਲ ਸਿੰਘ ਅਰੇ ਮੀ ਦੇਖਾ ਉਸਕੋ ਫੁੱਲ ਡਿਫੈਂਡਰ ਇਸ ਗਰਾਊਂਡ ਮੇਂ ਖੇਲਤਾ ਥਾ, ਮੈਂ ਦੇਖਾ ਉਸਕੋ ਲੋਕ ਕਾਂਪਤੇ ਥੇ ਐਸੇ ਕਾਂਪਤੇ ਥੇ ਉਸਦੇ। ਜੀਤ ਪਾਓਗੇ? ਭਾਰਤੀ ਫੈਂਸ ਨੂੰ ਫੁੱਟਬਾਲ ਦੇ ਵੱਡੇ ਮੁਕਾਬਲਿਆਂ ਵਿੱਚ ਭਾਰਤ ਦਾ ਨਾ ਖੇਡਣਾ ਖਲਦਾ ਹੈ, ਪਰ ਇੱਕ ਸੁਨਹਿਰਾ ਦੌਰ ਵੀ ਸੀ ਜਦੋਂ ਭਾਰਤੀ ਟੀਮ ਦੇ ਕਈ ਵੱਡੇ ਖਿਡਾਰੀਆਂ ਦਾ ਨਾ ਬੋਲਦਾ ਸੀ। ਉਹਨਾਂ ਖਿਡਾਰੀਆਂ ਵਿੱਚੋਂ ਇੱਕ ਖਿਡਾਰੀ ਸੀ ਪੰਜਾਬ ਦਾ ਜਰਨੈਲ ਸਿੰਘ, ਜਿਸਨੇ ਏਸ਼ੀਆ ਦੀ ਫੁੱਟਬਾਲ ਵਿੱਚ ਇੱਕ ਵੱਡਾ ਨਾਂ ਕਮਾਇਆ। ਤੁਸੀਂ ਕਈਆਂ ਨੇ ਮੈਦਾਨ ਫਿਲਮ ਦੇਖੀ ਹੋਣੀ ਹੈ ਜਿਸ ਵਿੱਚ ਉਸ ਸੁਨਹਿਰੇ ਦੌਰ ਦਾ ਜ਼ਿਕਰ ਹੈ, ਅਤੇ ਉਸ ਸੁਨਹਿਰੇ ਦੌਰ ਦਾ ਉਹ ਸੁਨਹਿਰਾ ਖਿਡਾਰੀ ਜਰਨੈਲ ਸਿੰਘ, ਜਿਸ ਦਾ ਕਿਰਦਾਰ ਦਵਿੰਦਰ ਸਿੰਘ ਗਿੱਲ ਨੇ ਨਿਭਾਇਆ ਹੈ, ਅਤੇ ਉਹ ਸਾਡੇ ਨਾਲ ਅੱਜ ਮੌਜੂਦ ਨੇ। ਦਵਿੰਦਰ ਸਿੰਘ ਗਿੱਲ, ਤੁਹਾਡਾ ਬੀਬੀਸੀ ਨਿਊਜ਼ ਪੰਜਾਬੀ ਵਿੱਚ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜੀ, ਬੀਬੀਸੀ ਵਾਲਿਆਂ ਦਾ ਬਹੁਤ ਜ਼ਿਆਦਾ ਜੀ। ਤੁਹਾਨੂੰ ਵੈਸੇ ਸਾਰੇ ਜਾਣਦੇ ਤਾਂ ਜਰਨੈਲ ਦੇ ਨਾਂ 'ਤੇ ਹੀ ਨੇ, ਪਰ ਹੁਣ ਸਾਡੇ ਦਰਸ਼ਕਾਂ ਨੂੰ ਪਤਾ ਚੱਲੇਗਾ ਕਿ ਤੁਸੀਂ ਯਾਨੀ ਦਵਿੰਦਰ ਜਿਸਨੇ ਕਿਰਦਾਰ ਨਿਭਾਇਆ ਉਹ ਅਸਲ ਵਿੱਚ ਕੌਣ ਹੈ, ਕਿਸ ਤਰ੍ਹਾਂ ਦੀ ਜ਼ਿੰਦਗੀ ਹੈ ਉਹਦੀ, ਅਤੇ ਸਭ ਤੋਂ ਪਹਿਲਾਂ ਆਪਣੇ ਪਿਛੋਕੜ ਬਾਰੇ ਦੱਸੋ, ਕਿਵੇਂ ਇਸ ਫਿਲਮਾਂ ਤੱਕ ਪਹੁੰਚੇ? ਫਿਲਮਾਂ 'ਚ ਮੈਂ ਤਾਂ ਹਾਂ ਖਿਡਾਰੀ, ਆਪਾਂ ਅੱਛਾ ਸਪੋਰਟਸ ਕੋਟੇ ਵਾਲੇ ਬੰਦੇ ਹਾਂ, ਸ਼ੁਰੂ ਤੋਂ ਰਹੇ ਸਪੋਰਟਸ ਕੋਟੇ ਵਿੱਚ ਹੀ। ਠੀਕ ਆ, ਇੱਦਾਂ ਯੂਨੀਵਰਸਿਟੀ ਵਿੱਚ ਖੇਡਦੇ ਹਾਂ ਰਗਬੀ, ਚੰਡੀਗੜ੍ਹ ਯੂਨੀਵਰਸਿਟੀ ਆ ਢੜੂਆਂ, ਠੀਕ ਆ, ਉੱਥੇ ਪੜ੍ਹਿਆ ਮੈਂ। ਅਤੇ ਯੂਨੀਵਰਸਿਟੀ ਦੇ ਲਾਸਟ ਈਅਰ ਦੇ ਵਿੱਚ ਸਾਂ ਜਦੋਂ ਉਹਨਾਂ ਇੱਥੇ ਓਡੀਸ਼ਨ ਹੋ ਰਹੇ ਸੀ, ਤਾਂ ਉਹਨਾਂ ਨੇ ਚਲੋ ਯੂਨੀਵਰਸਿਟੀ 'ਚ ਅਨਾਊਂਸਮੈਂਟ ਕਰਵਾਈ ਕਿ ਇੱਦਾਂ ਇੱਦਾਂ ਹੋਣਾ। ਹੁਣ ਮੇਰਾ ਕੋਈ ਵਾਸਤਾ ਨਹੀਂ ਇਸ ਫੀਲਡ ਨਾਲ, ਮੈਂ ਉਹ ਬੰਦਾ ਜਿਹੜਾ ਜ਼ਿੰਦਗੀ 'ਚ ਮੈਨੂੰ ਲੱਗਦਾ ਇੱਕ ਵਾਰ ਚੜਿਆ ਹਾਂ ਸਟੇਜ 'ਤੇ ਪੂਰੀ ਜ਼ਿੰਦਗੀ 'ਚ, ਉਹ ਵੀ ਸ਼ੁਭ ਵਿਚਾਰ ਬੋਲਣ ਗਿਆ ਹਾਂ, ਹੁੰਦਾ ਹੈ ਨਾ ਸਕੂਲਾਂ 'ਚ ਅੱਜ ਦਾ ਸ਼ੁਭ ਵਿਚਾਰ, ਜੀ ਅਤੇ ਮੈਂ ਉਹ ਭੁੱਲ ਗਿਆ ਹਾਂ, ਜਿੱਦਾਂ ਭੁੱਲ ਗਿਆ ਹਾਂ। 8ਵੀਂ 9ਵੀਂ ਦੀ ਗੱਲ ਹੋਣੀ ਆ, ਅਤੇ ਸਾਡੇ ਨਾਲ ਇੱਕ ਮੁੰਡਾ ਸੀ ਅਤੇ ਤੁਸ਼ਾਰ ਨਾਂ ਸੀ ਮੁੰਡੇ ਦਾ, ਉਹ ਥੀਏਟਰ ਕਰਦਾ ਸੀ। ਅਤੇ ਉਹਨੇ ਆਇਆ ਮੇਰੇ ਕੋਲ ਕਿ ਭਾਅ ਜੀ ਇੱਕ ਨਾ ਬੰਬੇ ਤੋਂ ਆਏ ਹੋਏ ਨੇ ਕਾਸਟਿੰਗ ਵਾਲੇ, ਅਤੇ ਉਹਦਾ ਫੋਨ ਆਇਆ ਉਹਦਾ ਮੈਨੂੰ, ਕਾਸਟਿੰਗ ਵਾਲੇ ਬੰਬੇ ਤੋਂ ਆਏ ਹੋਏ ਨੇ, ਤੁਹਾਡੇ ਨਾਲ ਮਿਲਣਾ ਚਾਹੁੰਦੇ ਨੇ। ਹੁਣ ਸਾਨੂੰ ਪਤਾ ਕਿ ਗੱਲ ਕੀ ਹੁੰਦੀ ਆ ਨਾ, ਟੀਮਾਂ ਵਿੱਚ ਪ੍ਰੈਂਕ ਬੜੇ ਖੇਡਦੇ ਆ, ਸਪੋਰਟਸਮੈਨ ਵਿਹਲੇ ਹੁੰਦੇ ਆ, ਜਦੋਂ ਪ੍ਰੈਕਟਿਸ ਸੀਰੀਅਸ ਹੋ ਹੈ ਨਾ, ਉੱਦਾਂ ਉਸ ਟਾਈਮ ਪੂਰਾ ਉਹ ਇੱਦਾਂ ਪ੍ਰੈਂਕ ਕਰਕੇ ਅਤੇ ਕੋਚ ਕਰ, ਮੈਨੂੰ ਲੱਗਾ ਕਿ ਪ੍ਰੈਂਕ ਆ ਹੈ ਨਾ। ਫਿਰ ਫੋਨ ਆਇਆ, ਮੈਂ ਫਿਰ ਫੋਨ ਬੰਦ ਕਰਤਾ, ਫਿਰ ਮੈਨੂੰ ਕੋਚ ਦਾ ਫੋਨ ਆਇਆ, ਤੂੰ ਸਟਾਰ ਬਣ ਗਿਆ, ਤੈਨੂੰ ਮਿਲਣ ਆਏ, ਜਾ ਕੇ ਮਿਲ ਲਾ ਉਹਨਾਂ ਨਾਲ। ਮੈਂ ਮਿਲਣ ਗਿਆ ਇੱਦਾਂ ਹੀ ਆਪਣੇ, ਮੈਨੂੰ ਕੀ ਪਤਾ ਕੌਣ ਆ ਕੌਣ ਨਹੀਂ। ਉੱਥੇ ਆਏ ਸੀ ਐਂਟੀ ਕਾਸਟਿੰਗ ਵਾਲੇ, ਉੱਥੇ ਆ ਕੇ ਮੈਂ ਮਿਲਿਆ, ਮੈਂ ਵੇਖਣ ਤੋਂ ਲੱਗੇ ਕਿ ਬੰਦੇ ਬੰਬੇ ਦੇ ਹੀ ਆ, ਸੀਰੀਅਸਨੈਸ ਦਿਖੀ ਮੈਨੂੰ। ਉਹਨਾਂ ਨੇ ਮੇਰੀ ਇੰਟਰੋਡਕਸ਼ਨ ਵੀਡੀਓ ਵਗੈਰਾ ਲਈ, ਉਹ ਇੰਟਰੋਡਕਸ਼ਨ ਵੀਡੀਓ ਉਹਨਾਂ ਨੇ ਬੰਬੇ ਘੱਲੀ ਉਸ ਟਾਈਮ। ਫਿਰ ਉਹਨਾਂ ਨੇ ਲੁਧਿਆਣੇ ਮੇਰੇ ਓਡੀਸ਼ਨ ਲਏ, ਅਤੇ ਉਹਨਾਂ ਨੂੰ ਚੰਗੇ ਲੱਗੇ ਸ਼ਾਇਦ, ਉਹਨਾਂ ਨੇ ਕਿਹਾ ਕਿ ਤਾਰੇ ਇੱਕ ਓਡੀਸ਼ਨ ਹੋਰ ਲਾਵਾਂਗੇ ਇਸ ਤੋਂ ਬਾਅਦ। ਅੱਜ ਤੱਕ ਮੈਂ ਬਿਲਕੁਲ ਮੇਰੇ ਦਿਮਾਗ ਸੀਰੀਅਸਨੈਸ ਨਹੀਂ, ਇੱਕ ਓਡੀਸ਼ਨ ਹੋਰ ਆਏ, ਉਹ ਮੈਂ ਜੈਪੁਰ ਸ਼ੂਟ ਕੀਤੇ, ਉਹ ਕਰਕੇ ਤੇ ਇਹਨਾਂ ਨੂੰ ਮੈਂ ਘੱਲਤੇ। ਬਾਅਦ 'ਚ ਇਹਨਾਂ ਦਾ ਫੋਨ ਆਇਆ,
ਬੰਬੇ ਆ ਜਾਓ, ਡਾਇਰੈਕਟਰ ਸਾਹਿਬ ਤੁਹਾਡੇ ਨਾਲ ਮਿਲਣਾ ਚਾਹੁੰਦੇ ਨੇ। ਜਦੋਂ ਮੈਂ ਡਾਇਰੈਕਟਰ ਸਾਹਿਬ ਨੂੰ ਮਿਲਿਆ, ਫਿਰ ਜਾ ਕੇ ਚੀਜ਼ਾਂ ਮੇਰੇ ਦਿਮਾਗ 'ਚ ਹੌਲੀ ਹੌਲੀ ਸੀਰੀਅਸ ਹੋਣ ਲੱਗ ਪਈਆਂ। ਹਾਂ ਵੀ ਸੱਚੀ ਫਿਲਮ ਬਣਦੀ ਆ ਜਿਹੜੀ ਅਸੀਂ ਟੀਵੀ 'ਤੇ ਵੇਖਦੇ ਹਾਂ, ਉਹਦੀ ਹੁਣ ਅਸੀਂ ਬਣਾਉਣੀ ਆ ਉੱਦਾਂ। ਤੁਸੀਂ ਪੰਜਾਬ ਵਿੱਚ ਕਿੱਥੋਂ ਹੋ ਤੇ ਕਿੱਥੋਂ ਤੁਸੀਂ ਪੜ੍ਹਾਈ ਕੀਤੀ ਤੇ ਕਿਹੜੀ ਸਪੋਰਟਸ ਨੂੰ ਤੁਸੀਂ ਚੁਣਿਆ ਆਪਣੇ ਖੇਡਣ ਵਾਸਤੇ? ਅਤੇ ਮੈਂ ਬੇਸਿਕਲੀ ਗੁਰਦਾਸਪੁਰ ਤੋਂ ਹਾਂ। ਗੁਰਦਾਸਪੁਰ ਸਾਡਾ ਪਿੰਡ ਆ, ਕੋਟ ਸੰਤੋਖ ਰਾਏ, ਧਾਰੀਵਾਲ ਲਾਗੇ ਪੈਂਦਾ। ਅਤੇ ਜ਼ਿਆਦਾਤਰ ਮੇਰਾ ਨਾ ਉੱਦਾਂ ਘਰ ਘੱਟ ਹੀ ਰਿਹਾ ਸ਼ੁਰੂ ਤੋਂ। ਪਹਿਲਾਂ ਮੈਂ ਹੋਸਟਲ ਚਲ ਗਿਆ, ਜਵਾਹਰ ਨਵੋਦਿਆ ਵਿਦਿਆਲਿਆ ਮੈਂ ਉੱਥੇ ਪੜ੍ਹਿਆ। ਫਿਰ 6ਵੀਂ ਕਲਾਸ 6ਵੀਂ ਕਲਾਸ ਚਲ ਗਿਆ ਹੋਸਟਲ, ਉਸ ਤੋਂ ਬਾਅਦ ਚੰਡੀਗੜ੍ਹ ਆ ਗਏ। ਠੀਕ ਆ, ਪਹਿਲਾਂ ਮੈਨੂੰ ਸ਼ੌਂਕ 400 ਮੀਟਰ ਦਾ, 400 ਮੀਟਰ ਮੈਂ ਕਰਦਾ ਰਿਹਾ ਕਰਦਾ ਰਿਹਾ। ਫਿਰ ਇੱਕ ਜਗ੍ਹਾ ਟਾਈਮਿੰਗ ਆ ਗਈ ਮੇਰੀ 52 ਦੇ ਆਸ ਪਾਸ, ਉਸ ਤੋਂ ਘੱਟ ਉੱਠਦੀ ਨਹੀਂ ਪਈ। ਉਦੋਂ ਨਵੀਂ ਨਵੀਂ ਸਾਡੇ ਉੱਥੇ ਨਾ ਕੈਂਪ ਲੱਗਣੇ ਸ਼ੁਰੂ ਹੋ ਗਏ ਅਮੈਰੀਕਨ ਫੁੱਟਬਾਲ ਦੇ ਅਤੇ ਰਗਬੀ ਦੇ। ਉਦੋਂ ਮੈਨੂੰ ਥੋੜ੍ਹੀ ਸਮਝ ਆਈ ਕਿ ਮੇਰੇ ਸਕਿੱਲ ਜਿਹੜੀ ਆ ਇਕੱਲੀ ਸਪੀਡ ਦੀ ਨਹੀਂ, ਨਾਲ ਸਟਰੈਂਥ ਦੀ ਵੀ ਆ, ਕਿ ਮੈਂ ਦੌੜ ਵੀ ਸਕਦਾ ਅਤੇ ਰੱਬ ਨੇ ਸਟਰੈਂਥ ਵੀ ਚੰਗੀ ਦਿੱਤੀ ਆ। ਉਹ ਦੋਵਾਂ ਦਾ ਕੋਂਬੀਨੇਸ਼ਨ ਮੈਨੂੰ ਮਿਲਿਆ ਇਹ 'ਚ, ਰਗਬੀ 'ਚ। ਜਦ ਡਾਇਰੈਕਟਰ ਸਾਹਿਬ ਨੇ ਕਿਹਾ ਕਿ ਤੁਸੀਂ ਜਰਨੈਲ ਦਾ ਕਿਰਦਾਰ ਨਿਭਾਉਣਾ ਹੈ ਤੇ ਤੁਸੀਂ ਉਸ ਕਿਰਦਾਰ ਬਾਰੇ ਤਿਆਰੀ ਕੀ ਕੀਤੀ? ਜੋ ਮੈਂ ਪਹਿਲਾਂ ਤਾਂ ਮੈਂ ਗੂਗਲ ਕੀਤਾ, ਉਸ ਤੋਂ ਸਭ ਕੋਲ ਆਰਟੀਕਲ ਪੜ੍ਹੇ ਵਗੈਰਾ ਕਿੱਦਾਂ ਕਿੱਦਾਂ ਕੀ ਆ, ਉਸ ਤੋਂ ਇੰਨਾ ਸਮਝ ਗਿਆ ਕਿ ਹਾਂ ਇਹ ਬੰਦਾ, ਬੰਦੇ ਦਾ ਦਲੇਰੀ ਜਿਹੜੀ ਇਹਦਾ ਪਲੱਸ ਪੁਆਇੰਟ ਹੈ। ਬਾਕੀ ਬੰਦੇ ਸਕਿੱਲ ਸਿਰ ਤੇ ਖੇਡਦੇ, ਇਹਨੂੰ ਬੰਦੇ ਨੂੰ ਪਤਾ ਕਿ ਮੈਂ ਜ਼ੋਰ ਸਿਰ ਤੇ ਖੇਡਣਾ। ਠੀਕ ਆ, ਤੇ ਇੰਨਾ ਆ ਕਿ ਜਿਹੜਾ ਡਿਫੈਂਡਰ ਆ ਉਹਦਾ ਕੰਮ ਕੀ ਆ ਕਿ ਬੰਦਾ ਦਲੇਰ ਹੋਏ, ਡਰਨਾ ਹੋਏ, ਹੈ ਨਾ। ਉਹ ਇਸ ਚੀਜ਼ ਵੇਖ ਲਈ ਕਿ ਬੰਦੇ ਦਾ ਪਹਿਲਾਂ ਤੇ ਆ ਕਿ ਜੋ ਵੀ ਮੈਂ ਵਿਖਾਉਣਾ ਉਹ 'ਚ, ਜੇ ਮੇਰਾ ਝਕਣਾ ਲੱਭ ਗਿਆ ਕਿ ਮੈਂ ਟੈਕਲ ਮਾਰਦਾ ਪਿਆ, ਮੇਰੀ ਅੱਖਾਂ 'ਚ ਥੋੜ੍ਹਾ ਬੜਾ ਡਰ ਵਾ ਕਿ ਮੇਰੇ ਨਾਲ ਵੱਜੇ, ਮੈਂ ਇਸ ਕਿਰਦਾਰ ਨੂੰ ਜਸਟੀਫਾਈ ਨਹੀਂ ਕਰ ਸਕਦਾ। ਉੱਥੇ ਮੈਂ ਸ਼ੋਅ ਕਰਾਂ ਕਿ ਮੈਂ ਜਰਨੈਲ ਸਿੰਘ ਦਾ ਕਿਰਦਾਰ ਨਿਭਾਉਂਦਾ, ਜਿਹੜਾ ਬੰਦਾ ਇੰਨਾ ਦਲੇਰੀ, ਇਹਦੇ ਟੈਂਕੇ ਲੱਗੇ ਸਿਰ 'ਤੇ, ਅਗਲਾ ਹੈਡਰ ਮਾਰ ਗਿਆ, ਉੱਥੇ ਮੈਂ ਟੈਕਲ ਮਾਰ ਜਾਵਾਂ ਅਤੇ ਐਂ ਕਰ ਜਾ, ਉਹ ਚੀਜ਼ ਜਸਟੀਫਾਈ ਨਹੀਂ ਹੋ ਸਕਦੀ। ਮੇਰਾ ਨਾਮ ਮੂਵੀ 'ਚ ਮੁੰਡਾ ਸੀ ਯਾਰ ਦੋਸਤ ਮਨਨਦੀਪ ਸਿੰਘ, ਸਾਡੇ ਮੂਵੀ 'ਚ ਉਹ ਇੰਡੀਆ ਵੱਲੋਂ ਖੇਡਿਆ ਹੋਇਆ ਪਹਿਲਾਂ, ਅਤੇ ਉਹਦੇ ਥਰੂ ਨਾ ਕਾਫੀ ਲਿੰਕ ਬਣ ਗਏ, ਜਿਨ੍ਹਾਂ ਤੋਂ ਪਤਾ ਲੱਗ ਪਿਆ ਮਾਲਪੁਰ ਦੇ ਏਰੀਏ ਬਾਰੇ, ਕਿ ਉੱਥੋਂ ਦੇ ਜਿਹੜੇ ਪਲੇਅਰ ਸੀ, ਉਹਨਾਂ ਪਲੇਅਰਾਂ ਨੇ ਮੈਨੂੰ ਦੱਸਣਾ ਸ਼ੁਰੂ ਕੀਤਾ ਕਿ ਉਹ ਅਸੀਂ ਸਰ ਨਾਲ ਖੇਡਿਆ ਵਾ, ਸਰ ਇੱਦਾਂ ਕਰਦੇ ਹੁੰਦੇ ਸੀ, ਸਰ ਇੱਦਾਂ ਕਹਿੰਦਾ ਕਿ ਸਰ ਨੇ ਆਉਣਾ, ਵਾਰਮ ਅਪ ਨਹੀਂ ਕਰਨਾ, ਸਿੱਧਾ ਆਉਂਦਿਆਂ ਕਿੱਕ ਮਾਰਨੀ, ਅਤੇ ਜਿਹੜੀ ਕਿੱਕ ਦੀ ਪ੍ਰਸਾਈਸਨੈਸ ਸੀ, ਕਿੱਦਾਂ ਪਾਸ ਜਾਣਾ। ਇੱਕ ਉਹਨਾਂ ਦਾ ਪਿੰਡ ਵੀ ਗਿਆ, ਠੀਕ ਆ, ਉੱਥੇ ਮੈਂ ਵੇਖ ਕੇ ਆਇਆ ਚੀਜ਼ਾਂ, ਅਤੇ ਫਿਰ ਹੌਲੀ ਹੌਲੀ ਪਤਾ, ਉਹਨਾਂ ਦਾ ਨਾਂ ਤਾਂ ਟੂਰਨਾਮੈਂਟ ਹੁੰਦਾ ਉਹਨਾਂ ਦੇ ਨਾਮ 'ਤੇ, ਠੀਕ ਆ, ਫਿਰ ਚੀਜ਼ਾਂ ਪਤਾ ਲੱਗਣ ਲੱਗ ਪਿਆ ਕਿ ਮੈਂ ਜਿਹੜਾ ਕਿਰਦਾਰ ਕਰਦਾ ਪਿਆ ਉਹ ਸੱਚੀ ਬਹੁਤ ਜ਼ਿਆਦਾ ਵੱਡਾ। ਜਦੋਂ ਮੈਂ ਕਿਸੇ ਨੂੰ ਗੱਲ ਕਰਨ ਲਈ, ਹੁਣ ਇੰਡੀਆ ਦੇ ਡਿਫੈਂਡਰ ਨੇ ਸੰਦੇਸ਼ ਸਿੰਘਾ, ਉਹਨਾਂ ਨਾਲ ਜਦੋਂ ਮੈਂ ਗੱਲ ਕਰਦਾ ਪਿਆ ਕਿ ਇੱਦਾਂ ਗੱਲ ਚੱਲਣ ਦੀ ਕਿ ਆ ਮੈਦਾਨ ਮੂਵੀ ਦੀ ਸ਼ੂਟਿੰਗ ਵਾਸਤੇ ਇੱਥੇ ਆਏ ਪਏ ਹਾਂ, ਉਹ ਬੰਦਾ ਕਹਿੰਦਾ ਭਰਾਵਾ ਜਦੋਂ ਮੈਂ ਫੁੱਟਬਾਲ ਸ਼ੁਰੂ ਕੀਤਾ ਨਾ, ਮੈਂ ਸ਼ੁਰੂ ਇਸ ਚੀਜ਼ ਤੋਂ ਕੀਤਾ ਹੈ ਕਿ ਮੈਨੂੰ ਕਿਸੇ ਨੇ ਕਿਹਾ ਸੀ ਜਰਨੈਲ ਸਿੰਘ ਨੂੰ ਹੈਡਰ ਨਹੀਂ ਆਉਂਦਾ, ਉਹ ਬੰਦੇ ਨੇ ਬੂਟੇ ਨਾਲ ਲੱਕੜ ਉੱਤੇ ਨਾ ਫੁੱਟਬਾਲ ਬੰਨ ਕੇ ਨਾ ਉਹ ਪੂਰਾ ਦਿਨ ਪ੍ਰੈਕਟਿਸ ਕਰਦਾ ਰਿਹਾ ਹੈਡਰ ਮਾਰਨ ਦੀ, ਤੇ ਕਹਿੰਦਾ ਉਦਣ ਹੀ ਮੈਂ ਆਪਣੇ ਕਮਰੇ ਦਾ ਪੱਖਾ ਖੋਲਤਾ ਸੀ, ਪੱਖਾ ਖੋਲ ਕੇ ਉੱਥੇ ਫੁੱਟਬਾਲ ਬੰਨਤਾ ਸੀ, ਮੈਂ ਪ੍ਰੈਕਟਿਸ ਕਰ ਰਹੀ। ਸੰਦੇਸ਼ ਸਿੰਘਾਲ ਇਸ ਟਾਈਮ ਇੰਡੀਆ ਦਾ ਬੈਸਟ ਡਿਫੈਂਡਰ ਆ, ਮਤਲਬ ਬੈਸਟ ਡਿਫੈਂਡਰ ਦਾ ਵੀ ਆਈਡੀਅਲ ਉਹਦਾ ਕਿਰਦਾਰ ਮੈਨੂੰ ਮਤਲਬ ਨਸੀਬ ਹੋਇਆ। ਕਲਕੱਤਾ ਜੋ ਤੁਸੀਂ ਗਏ ਕੋਈ ਕਿਸੇ ਦਾ ਕਿੱਸਾ ਲੱਗਿਆ ਜਾਂ ਕਿਸੇ ਨੂੰ ਮਿਲੇ ਜਿਸ ਜਰਨੈਲ ਸਿੰਘ ਬਾਰੇ ਤੁਹਾਨੂੰ ਕਈ ਗੱਲ ਕੁਝ ਨਵੀਂ ਗੱਲ ਪਤਾ ਲੱਗੀ? ਹੁਣ ਜਿੱਦਾਂ ਮੇਰਾ ਰੋਲ ਹੀ ਜਰਨੈਲ ਸਰ ਦਾ, ਤੇ ਮੈਨੂੰ ਇਹ ਕਿ ਬੰਦਾ ਜਿੱਥੇ ਖੇਡਿਆ ਮੇਰਾ ਜਾਣਾ ਫਰਜ਼ ਬਣਦਾ ਉਹਨਾਂ ਗਰਾਊਂਡਾਂ ਤੇ। ਤੇ ਸਾਡੀ ਸ਼ੂਟਿੰਗ ਹੋ ਰਹੀ ਸੀ ਮੁਹੰਮਦ ਦੀਨ ਸਟੇਡੀਅਮ 'ਚ, ਮੈਂ ਸਿੱਧਾ ਮੋਹਨ ਬਗਾਨ ਚਲਾ ਗਿਆ ਸੀ। ਸ਼ਾਮਾਂ ਦਾ ਟਾਈਮ ਹੀ ਉਦਣ ਜ਼ਿਆਦਾ ਰੈਕੀ ਹੋ ਰਹੀ ਸੀ, ਸ਼ੂਟਿੰਗ ਦਾ ਕੰਮ ਕੋਈ ਨਹੀਂ ਜ਼ਿਆਦਾ, ਤੇ ਅਸੀਂ ਸਾਰਾ
ਕੋਰੀਓਗ੍ਰਾਫੀ ਜੀ ਕਰਨੀ ਸੀ, ਗੋ ਥਰੂ ਕਰਨਾ ਸੀ ਅਗਲੇ ਦਿਨ ਕਿੰਨੇ ਕਿਹਨੂੰ ਪਾਸ ਦੇਣਾ ਕਿੰਨੇ ਕੀ ਕਰਨਾ। ਸ਼ਾਮੀ ਫ੍ਰੀ ਅਸੀਂ ਮੋਹਨ ਬਗਾਨ ਚਲ ਗਏ, ਉੱਥੇ ਗਰਾਊਂਡ ਦੇ ਬਾਹਰ ਅਸੀਂ ਬੈਠੇ ਪਏ ਹਾਂ, ਗਰਾਊਂਡ ਵੇਖਦੇ ਪਏ ਹਾਂ ਕਿੱਦਾਂ ਕਿੱਦਾਂ ਕੀ ਆ। ਕੁਝ ਨਾ ਅੰਕਲ ਉਹਦੇ ਬੈਠੇ ਪਏ ਸੀ ਸ਼ਾਮ ਦੇ ਟਾਈਮ, ਉਹ ਕਹਿੰਦੇ ਹਾਂ ਬੇਟਾ ਤੁਸੀਂ ਕੀ ਕਰਨਾ ਹੈ। ਪੰਜਾਬੀ ਬੰਦਾ ਪੱਗ ਬੱਜੀ ਵੇਖੀ ਪਤਾ ਲੱਗ ਜਾਂਦਾ। ਤਾਂ ਮੈਂ ਇੱਦਾਂ ਦਾ ਫਿਲਮ ਦੀ ਸ਼ੂਟਿੰਗ ਹੁੰਦੀ ਆ ਅਤੇ ਉਹਦੇ ਕਰਨਾ ਹੈ, ਤੁਮ ਕਿਆ ਕਰ ਰਹੇ ਹੋ ਉਸ ਸਮੇਂ। ਮੈਂ ਕਿ ਮੈਂ ਸਰਦਾਰ ਜਰਨੈਲ ਸਿੰਘ ਦਾ ਰੋਲ ਕਰਦਾ ਪਿਆ। ਤਾਂ ਉਹ ਫਿਰ ਆਪਣੇ ਦਾਦਾ 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 ਬੋਲਦੇ ਨਾ ਇਹਦਾ ਚੀਜ਼ ਨੂੰ, ਦਾਦਾ ਜਰਨੈਲ ਸਿੰਘ ਅਰੇ ਮੀ ਦੇਖਾ ਉਸਕੋ ਫੁੱਲ ਡਿਫੈਂਡਰ, ਇਸ ਗਰਾਊਂਡ ਮੇਂ ਖੇਲਤਾ ਥਾ, ਮੈਂ ਦੇਖਾ ਉਸਕੋ, ਲੋਕ ਕਾਂਪਤੇ ਥੇ ਐਸੇ ਕਾਂਪਤੇ ਥੇ ਉਸਸੇ। ਮਤਲਬ ਕਾਫੀ ਗੱਲਾਂ ਉਹਨਾਂ ਦੱਸੀਆਂ ਕਿੱਦਾਂ ਕਿੱਦਾਂ ਉਹ ਬੰਦੇ ਦੀ ਗੇਮ ਆਫ ਸਟ੍ਰੈਟੇਜੀ ਕੀ ਸੀ, ਕਿ ਕਲਕੱਤੇ ਵਿੱਚ ਫੁੱਟਬਾਲ ਜ਼ਿਆਦਾ ਸਕਿੱਲ ਬੇਸ ਸੀ, ਕਿ ਜਿੱਦਾਂ ਇਹਨੇ ਉਹਨੂੰ ਸਕਿੱਲ ਦੇ ਨਾਲ ਖੇਡਣਾ। ਜਰਨੈਲ ਸਿੰਘ ਪਹਿਲਾ ਬੰਦਾ ਉੱਥੇ ਗਿਆ ਕਿ ਜਿਹਨੇ ਇੱਕ ਨਾ ਪੂਰਾ ਫੇਅਰਲੈਸ ਗੇਮ ਸਟਾਰਟ ਕਰਤੀ। ਤੁਹਾਡੇ ਉਹਦੇ ਵਿੱਚ ਇੱਕ ਜਗ੍ਹਾ ਕੈਡਿਟਸ ਨੇ ਗਾਣੇ ਦੇ ਲਈ, ਹਾਂਜੀ ਹਾਂਜੀ, ਉਹਦੇ ਬਾਰੇ ਕਹਾਣੀ ਦੱਸੋ। ਜਿਹੜਾ ਗਾਣਾ ਨਾ ਟੀਮ ਇੰਡੀਆ ਹਮ, ਜਿਹੜਾ ਸਰ ਏ ਆਰ ਰਹਿਮਾਨ ਨੇ ਮਿਊਜ਼ਿਕ ਕੀਤਾ ਸੀ, ਉਹ ਗਾਣੇ ਵਿੱਚ ਮੈਂ ਕਾਫੀ 4-5 ਲਾਈਨਾਂ ਲਿਖੀਆਂ ਹੋਈਆਂ ਨੇ। ਮਤਲਬ ਇੱਕ ਵਰਸ, ਮੈਂ ਤੇ ਇੱਕ ਲੜਕਾ ਵਾ ਸਲੋ ਚੀਤਾ, ਬੰਬੇ ਦਾ ਰੈਪਰ ਆ, ਠੀਕ ਆ, ਅਸੀਂ ਦੋਵਾਂ ਨੇ ਮਿਲ ਕੇ ਉਹ ਗਾਣਾ ਲਿਖਿਆ ਸੀ। ਤੇ ਅਸੀਂ ਗਾਣਾ ਲਿਖਿਆ ਤੇ ਹੀ ਟੀਮ ਵਾਸਤੇ ਇੱਦਾਂ ਹੀ, ਤੇ ਇੱਕ ਤਰ੍ਹਾਂ ਹੁੰਦਾ ਨਹੀਂ ਆ ਜਿੱਦਾਂ ਵਾਰ ਸੌਂਗ ਹੁੰਦਾ ਖੇਡਣ ਤੋਂ ਪਹਿਲਾਂ, ਉੱਦਾਂ ਲਿਖਿਆ ਸੀ। ਤੋ ਡਾਇਰੈਕਟਰ ਨੂੰ ਚੰਗਾ ਲੱਗਾ, ਉਹਨਾਂ ਨੇ ਗਾਹ ਗੱਲ ਕੀਤੀ ਕਿ ਆਹ ਗਾਣੇ ਤੁਸੀਂ ਕੋਈ ਬਣਾ ਸਕਦੇ ਹੋ, ਤੇ ਉਹਨਾਂ ਨੇ ਗਾਹ ਘੱਲਿਆ ਪਹਿਲਾਂ ਅਮਿਤ ਤ੍ਰਿਵੇਦੀ ਸਰ ਨੂੰ ਘੱਲਿਆ, ਅਮਿਤ ਤ੍ਰਿਵੇਦੀ ਸਰ ਤੋਂ ਬਾਅਦ ਘੱਲਿਆ ਏ ਰਹਿਮਾਨ ਸਰ ਨੂੰ, ਤੇ ਉਹਨਾਂ ਨੇ ਫਿਰ ਉਹਨੂੰ ਗਾਣੇ ਨੂੰ ਕੰਪੋਜ਼ ਕੀਤਾ ਕਿ ਬਾਜ਼ੂਏ ਵੀ ਜਾਏ ਕੱਟ ਫਿਰ ਵੀ ਤੂੰ ਚੰਗਾ ਹੈ, ਝੁਕਨੇ ਸੇ ਪਹਿਲੇ ਸੋਚ ਸੀਨੇ ਪੇ ਤਿਰੰਗਾ ਹੈ। ਇੱਕ ਪਲੇਅਰ ਨੂੰ ਪਤਾ, ਥੱਕਦਾ ਪਲੇਅਰ ਹੁੰਦਾ ਨਾ, ਥੱਕ ਜਾਂਦਾ, ਖੇਤਾਂ ਰੱਖੀ ਤੇਰੇ ਇੱਥੇ ਤਿਰੰਗਾ ਵਾ, ਹੈ ਨਾ। ਤਾਂ ਉਹਨਾਂ ਨੂੰ ਲੱਗਾ ਕਿ ਕਿਸ ਸਪੋਰਟਸਮੈਨ ਨੇ ਲਿਖੀਆਂ ਲੱਗਦਾ, ਤਾਂ ਉਹਨਾਂ ਨੂੰ ਲਾਈਨਾਂ ਚੰਗੀਆਂ ਲੱਗੀਆਂ, ਉਹ ਰਾਡੀਆਂ ਲਾਈਨਾਂ ਰੱਖੀਆਂ ਗਈਆਂ ਸਾਰੀਆਂ ਉੱਥੇ।